ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ? ਹੋਪ ਐਵਰੀਥਿੰਗ ਇਜ਼ ਫਾਈਨ। ਸੋ ਮੁਸਤਾ ਸਾਫਿਲ ਫੀਨ ਵਿਊਵਰਸ ਕੋ ਪਾਸੇ ਆਪੋ ਤੋਕੇ ਨਾ, ਠੀਕ ਹੈ ਤੇਰਾ? ਓਕੇ, ਸੋਰੀ ਸੋਰੀ ਬੂਟ ਇਹ ਤੇਰਾ ਪਲਾਜ ਦੀ ਟੋਰੀ ਦਿਖਾ ਦੋ, ਦਿਖਾ ਦੋ ਉੱਤੇ ਲਾਈਟ ਵਾਲੇ ਬੱਚੇ ਰਹੀ ਹੁੰਦਾ, ਲਾਈਟਸ ਦਾ ਦਿਖਾ ਦੇ, ਉਧਰ ਦਿਖਾ ਦੇ, ਮਲਾਇਓ ਉੱਤੇ ਕੰਮ ਲਾਇਓ ਦੁਨਕਾ ਯਾਰ। ਤੇ ਹਾਂਜੀ, ਅੱਜ ਆਪਾਂ ਚੱਲੇ ਆ ਜੀ ਆਪਣੇ ਸਹੁਰਿਆਂ ਸਾਈਡ ਸਾਡੇ ਨਾਨਕੇ। ਤੇ ਪਹਿਲਾਂ ਜਾਣਾ ਜੀ ਆਪਾਂ, ਮਤਲਬ ਸਾਡੇ ਮਾਮਾ ਜੀ ਦੇ ਬੇਟੇ ਦੀ ਡੈਥ ਹੋ ਗਈ ਸੀਗੀ, 6-7 ਮਹੀਨੇ ਹੋ ਗਏ। ਅਤੇ ਉੱਥੇ ਆਪਾਂ ਜਾਣਾ ਜੀ, ਕਿਉਂਕਿ ਆਪਾਂ ਫਸਟ ਟਾਈਮ ਚਲੇ ਗਏ ਉੱਥੇ, ਆਪਾਂ ਮਤਲਬ ਅਫਸੋਸ ਕਰਨ ਜਾਣਾ ਜੀ ਉਹਨਾਂ ਕੋਲ। ਅਤੇ ਉਸ ਤੋਂ ਬਾਅਦ ਜਾਵਾਂਗੇ ਜੀ ਆਪਣੇ ਹੈਗੇ ਆ ਜੀ ਮਾਮਾ ਸੀ ਸਾਡੇ, ਮਤਲਬ ਸਹੁਰਿਆਂ ਸਾਈਡ ਮਾਸੀ ਜੀ ਦੇ ਪੋਤੇ ਦੀ ਅੱਜ ਜਾਗੋ ਆ ਜੀ, ਉੱਥੇ ਜਾਵਾਂਗੇ। ਅਤੇ ਉਸ ਤੋਂ ਮਤਲਬ ਪਹਿਲਾਂ ਧੁੰਦ ਬਹੁਤ ਜ਼ਿਆਦਾ ਸੀਗੀ ਜੀ, ਪਹਿਲਾਂ ਤਾਂ ਸੀਗਾ ਸਭੀ ਚਲੋ ਅੱਜ ਮਿਸ ਹੀ ਕਰ ਦਿੰਦੇ ਕਿਉਂਕਿ ਧੁੰਦ ਬਹੁਤ ਹੀ ਜ਼ਿਆਦਾ ਇੱਥੇ। ਬਟ ਮੰਮੀ ਦਾ ਫੋਨ ਆਇਆ ਸੀ ਕਹਿੰਦੇ ਉੱਧਰ ਧੁੰਦ ਜ਼ਿਆਦਾ, ਮੈਂ ਸੁੱਤੀ ਪਈ ਸੀ ਜਦੋਂ ਮੈਂ ਉੱਠ ਕੇ ਦੇਖਿਆ ਤੇ ਸਾਡੇ ਵੱਲ ਧੁੰਦ ਬਿਲਕੁਲ ਨਹੀਂ ਸੀਗੀ ਇੱਥੇ। ਫਿਰ ਸੋਚਿਆ ਵੀ ਆਪਾਂ ਚਲੋ ਜਾਣਾ ਵੀ ਜ਼ਰੂਰੀ ਆ ਕਿਉਂਕਿ ਵਿਆਹ ਵੀ ਆ, ਤੇ ਪਹਿਲਾਂ ਆਪਾਂ ਅਫਸੋਸ ਵੀ ਕਰਨ ਜਾਣਾ ਉੱਧਰ, ਇਸ ਕਰਕੇ ਚਲੋ ਹੁਣ ਚੱਲਦੇ ਹਾਂ ਜੀ ਆਪਾਂ ਤੇ ਤੁਹਾਨੂੰ ਦਿਖਾਉਂਦੇ ਹਾਂ ਜੀ ਸਾਰਾ। ਆਜਾ ਆਜਾ। ਹਾਂਜੀ, ਇਹ ਅੱਗੇ ਸੀਗੇ ਅਸੀਂ ਆਪਣੇ ਮਾਸੀ ਜੀ ਉਹਨਾਂ ਦੇ ਘਰ ਤਲਵੰਡੀ, ਅਤੇ ਫਿਰ ਆਉਂਦੇ ਤੁਹਾਨੂੰ ਮਾਸੀ ਜੀ ਨੂੰ ਵੀ, ਕਿਉਂਕਿ ਇਹਨਾਂ ਨੇ ਵੀ ਅੱਜ ਵਿਆਹ ਨੂੰ ਨਾਲ ਹੀ ਜਾਣਾ, ਇਹਨਾਂ ਦੇ ਪੋਤੇ ਦਾ ਹੀ ਵਿਆਹ ਹੈ, ਜਗਰ ਆਉਂ ਆ ਸ਼ਹਿਰ ਦੇ ਵਿੱਚ, ਉੱਥੇ ਜਾਵਾਂਗੇ ਆਪਾਂ ਤੇ ਆਲੂ ਦੇ ਨਾਲ। ਬਣ ਗਈ ਸਾਰਿਆਂ ਦੀ ਤਾਂ ਪਤਾ ਹੀ ਫੜ ਲਾ। ਮੇਰਾ ਪਹਿਲਾਂ ਨਹੀਂ ਪਤਾ ਸੀ। ਸੰਤਾਂ ਦੇ ਮੇਰੀਆਂ ਗੁਰੂ।
लेजर नहीं गल कराया ता करके नहीं जाना नहीं अभी तो दवाई पानी पी डेबू जी ने बुखार करके इन्ने दिन तैयारी करती कर बुखार उतरे दो टीके भी लगाए हाँ जी हूँ असी मासी जी को तैयार हो गए तलवंडी पिंड की गड्डी चाहे हौले बहुत पेंदे आ सैटिंग नहीं आ रही तो हूँ चले जी आप जगराओ जिथे जग कढ़नी है जी ब्याह से आ मिलो जी मेरे मम्मी नूं इह कहि जी मेरी मम्मी तो अज असी मम्मी नूं लाण लई के आए हाँ तो आपां उत्थे जावांगे जी ब्याह से उस तो बाद जी तुहानूं सारा प्रोग्राम दिखावांगे किद्दां होगा सारा कुछ तो इत्थे गड्डी स्पेस बहुत घट है इस करके थोड़ा फोन हिल रहा है अर्जन बैठा सी अगे अर्जन कहिंदा मैं चेंज नहीं करना है सोनी है पता ओके पुलिस बैच
ਸੁਬੀਰ ਦਾ ਪਤੀ ਜਾ ਮੇਰਾ